ਅਸੀਸ ਕਾਣਾ ਪ੍ਰਾਉ ਇਹਨਾਂ ਦਿਨਾਂ ਦੇ ਅੰਦਰ ਹਾਲਾਤ ਇਹ ਦੱਸ ਰਹੇ ਹਨ ਕਿ ਅਸੀਂ ਆਖਰੀ ਦਿਨਾਂ ਚ ਰਹਿ ਰਹੇ ਹਾਂ ਤੇ ਜੇ ਅਸੀਂ ਆਖਰੀ ਦਿਨਾਂ ਚ ਰਹਿ ਰਹੇ ਹਾਂ ਤੇ ਸਾਡੇ ਬਿਨਾਂ ਇੱਕ ਆਵਾਜ਼ ਹੈ ਉਹ ਆਵਾਜ਼ ਹੈ ਸੱਤਵੇਂ ਦੂਤ ਦੀ ਆਵਾਜ਼ ਪਵਿੱਤਰ ਬਾਈਬਲ ਚ ਲਿਖਿਆ ਹੈ ਸਗੋਂ ਸੱਤਵੇਂ ਦੂਤ ਦੀ ਆਵਾਜ਼ ਦੇ ਦਿਨੀ ਜਾਂ ਉਹ ਤੁਰੀ ਵਜਾਵੇਗਾ ਤੇ ਪਰਮੇਸ਼ੁਰ ਦੇ ਸਾਰੇ ਭੇਤ ਖੋਲ ਦਿੱਤੇ ਜਾਣਗੇ ਤੋ ਸਾਡੇ ਦਿਨਾਂ ਚ ਪਰਮੇਸ਼ੁਰ ਦਾ ਵਚਨ ਖੋਲਿਆ ਗਿਆ ਹੈ ਔਰ ਭੇਤਾਂ ਦੇ ਵਿੱਚ ਜਿਹੜਾ ਸੀਗਾ ਜਿਹਦੇ ਵੱਲ ਗੁਰੂਤ ਵੀ ਨਿਗਾਹ ਨਹੀਂ ਸੀ ਕਰ ਸਕਦੇ ਜਿਹਦੇ ਵੱਲ ਕੋਈ ਪੋਪ ਨਿਗਾਹ ਨਹੀਂ ਸੀ ਕਰ ਸਕਦਾ ਕੋਈ ਬਿਸ਼ਪ ਨਿਗਾਹ ਨਹੀਂ ਸੀ ਕਰ ਸਕਦਾ ਨਾ ਕੋਈ ਦੂਤ ਨਿਗਾਹ ਕਰ ਸਕਦਾ ਸੀਗਾ ਤੇ ਯੂਹੰਨਾ ਰੋਣ ਲੱਗਾ ਕਿ ਜੇ ਇਹ ਮੋਹਰਾਂ ਨਾ ਖੋਲੀਆਂ ਗਈਆਂ ਤੇ ਛੁਟਕਾਰੇ ਦਾ ਭੇਤ ਪ੍ਰਗਟ ਕਿਵੇਂ ਹੋਵੇਗਾ ਜਦ ਯੂਹੰਨਾ ਰੋ ਰਿਹਾ ਸੀਗਾ ਤੇ ਚੌਵੀਆਂ ਬਜ਼ੁਰਗਾਂ ਚੋਂ ਇੱਕ ਨੇ ਕਿਹਾ ਯੂਹੰਨਾ ਨਾ ਰੋ ਇਹਨਾਂ ਮੋਹਰਾਂ ਦੇ ਉੱਤੇ ਨਿਗਾਹ ਕਰਨ ਦੇ ਯੋਗ ਤੇ ਇਹਨਾਂ ਨੂੰ ਲੈ ਕੇ ਖੋਲਣ ਦੇ ਯੋਗ ਕੋਈ ਨਿਕਲ ਆਇਆ ਹੈ ਹਾਲੇਲੂਇਆ ਧੰਨਵਾਦ ਪ੍ਰਭੂ ਯਿਸੂ ਮਸੀਹ ਦਾ ਅਸੀਂ ਜਾਣਦੇ ਹਾਂ ਕਿ ਉਹ ਖੁਦ ਖੋਇਆ ਹੋਇਆ ਲੇਲਾ ਖੁਦਾਵੰਦ ਯਿਸੂ ਮਸੀਹ ਸੀ ਜਿਸਨੇ ਲੇਲਾ ਬਣ ਕੇ ਪੋਤੀ ਨੂੰ ਲਿਆ ਤੇ ਬੱਬਰ ਸ਼ੇਰ ਬਣ ਕੇ ਪੋਤੀ ਨੂੰ ਪ੍ਰਚਾਰ ਕੀਤਾ ਹਾਲੇਲੂਇਆ ਅਸੀਂ ਦੇਖਦੇ ਹਾਂ ਕਿ ਜਦ ਤੱਕ ਪੋਤੀ ਲਈ ਨਹੀਂ ਸੀ ਜਾਂਦੀ ਤਦ ਤੱਕ ਉਹਦਾ ਪ੍ਰਚਾਰ ਨਹੀਂ ਸੀ ਹੋ ਸਕਦਾ ਭਾਵੇਂ ਕਿੰਨੀਆਂ ਵੀ ਵਧੀਆ ਸ਼ਿਕਸ਼ਾਵਾਂ ਹਨ ਭਾਵੇਂ ਕਿੰਨਾ ਵੀ ਉੱਚੇ ਸਕੂਲ ਖੋਲੇ ਗਏ ਭਾਵੇਂ ਕਿੰਨੀਆਂ ਵੀ ਅਕੈਡਮੀਆਂ ਖੋਲੀਆਂ ਗਈਆਂ ਪਰ ਸਵਰਗ ਨੂੰ ਜਾਣ ਦਾ ਰਾਹ ਸੱਤਵੇਂ ਦੂਤ ਦੇ ਰਾਹੀਂ ਖੋਲਿਆ ਗਿਆ ਸੱਤਵਾਂ ਦੂਤ ਕੋਈ ਮਨੁੱਖ ਨਹੀਂ ਹੈ ਸੱਤਵਾਂ ਦੂਤ ਖੁਦ ਖੁਦਾਵੰਦ ਯਿਸੂ ਮਸੀਹ ਹੈ ਇੱਕ ਮਨੁੱਖ ਦੇ ਅੰਦਰ ਸੇਵਕਾਈ ਹਾਲੇਲੂਇਆ ਉਹ ਅਜ਼ੀਜ਼ ਕਰੋ ਭਰਾਓ ਇਹ ਸੰਦੇਸ਼ ਲੈ ਕੇ ਮੈਂ ਨਿਕਲਿਆ ਹਾਂ ਅੱਜ ਮੈਂ ਯੂਟਿਊਬ ਤੇ ਪ੍ਰਚਾਰ ਕਰ ਸਕਦਾ ਹਾਂ ਮੈਂ ਫੇਸਬੁੱਕ ਤੇ ਪ੍ਰਚਾਰ ਕਰ ਸਕਦਾ ਹਾਂ ਅੱਜ ਸਵੇਰ ਦਾ ਮੈਂ ਆਪਣੇ ਘਰੋਂ ਨਿਕਲਿਆ ਤੇ ਦੋ ਮਿਸ਼ਨਰੀ ਪਾਦਰੀਆਂ ਨੇ ਮੇਰਾ ਵਿਰੋਧ ਕੀਤਾ ਪਰ ਇਹਦਾ ਮਤਲਬ ਇਹ ਨਹੀਂ ਗਾ ਕਿ ਮੈਂ ਘਰ ਬਹਿ ਜਾਵਾਂ ਜੇ ਅਸੀਂ ਘਰ ਬਹਿ ਗਏ ਤੇ ਜ਼ਰੂਰ ਆ ਮਾਰਦ ਕੇ ਇੱਥੇ ਕਰੇਗਾ ਕਿ ਜੇ ਅਸਤਰ ਤੂੰ ਹੁਣ ਨਾ ਬੋਲੀ ਤੇ ਤੂੰ ਤੇ ਮਰਨਾ ਹੀ ਮਰਨਾ ਤੇਰਾ ਸਾਰਾ ਘਰਾਣਾ ਵੀ ਮਾਰਿਆ ਜਾਏਗਾ ਹਾਲੇਲੂਇਆ ਇਹ ਦੁਲਹਨ ਦੇ ਬੋਲਣ ਦਾ ਸਮਾਂ ਆ ਨਬੀ ਨੇ ਕਿਹਾ ਕਿ ਦੁਲਹਨ ਆਖਰੀ ਯੁੱਗ ਲਈ ਆਖਰੀ ਆਵਾਜ਼ ਹੋਏਗੀ ਤੇ ਫਿਰ ਆਖਰੀ ਆਵਾਜ਼ ਕਿੱਥੇ ਆ ਹਾਲੇਲੂਇਆ ਆਖਰੀ ਆਵਾਜ਼ ਲਾੜੀ ਦੇ ਅੰਦਰ ਆ ਹਾਲੇਲੂਇਆ ਪ੍ਰਭੂ ਦਾ ਧੰਨਵਾਦ ਜੋ ਚੈਨਲਾਂ ਦੇ ਰਾਹੀਂ ਪ੍ਰਚਾਰ ਕਰ ਰਹੇ ਆ ਲੇਕਿਨ ਜ਼ਰੂਰੀ ਹੈ ਕਿ ਮੈਦਾਨ ਦੇ ਅੰਦਰ ਵੀ ਉਤਰਿਆ ਜਾਏ ਮੈਦਾਨਾਂ ਵਿੱਚ ਵੀ ਉਤਰਿਆ ਜਾਏ ਜਦ ਤੱਕ ਅਸੀਂ ਮੈਦਾਨ ਚ ਨਹੀਂ ਉਤਰਦੇ ਤਦ ਤੱਕ ਸਾਨੂੰ ਉਹਨਾਂ ਅਸਲੀ ਦੁੱਖਾਂ ਦਾ ਸਵਾਦ ਨਹੀਂ ਆਏਗਾ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਬਹੁਤ ਆਸ਼ੀਸ਼ ਦੇ ਇਸ ਸੇਵਕਾ ਨੂੰ ਪ੍ਰਾਰਥਨਾ ਯਾਦ ਰੱਖੋ ਪ੍ਰਭੂ ਤੁਹਾਡੀ ਮਦਦ ਕਰੇ ਪ੍ਰਭੂ ਨੇ ਚਾਹਿਆ ਫਿਰ ਮਿਲਾਂਗੇ ਸਭ ਨੂੰ ਜੈ ਸ੍ਰੀ